तू मेरी गल सुन ला जेडी भी सामी लियोनी बोली बाली लियोनी ते सामी फसोनी चंगी मेनू लित्तर नी पवाने ठीक हो गए जनाबे ठीक हो गया ते कोई सामी उड़ा के लिया ਆਪਾਂ ਹੁਣੇ ਜਾਂਦੇ ਕੋਈ ਫਲ ਲਿਆਉਂਦੇ ਸਾਹਮਣੇ ਆ ਜਾ ਮੁੜ ਸਰਕਾਰ ਮੈਂ ਜੋ ਇੰਨੀ ਮਿਹਨਤ ਕਰਨੀ ਬੰਦਾ ਗਿਰਨ ਤੇ ਤੇ ਉਹਦੇ 'ਚ ਮੇਰਾ ਕੀ ਫਾਇਦਾ ਹੈ ਮੈਂ ਤੈਨੂੰ ਆਪਣੇ ਦੂਸਰੇ ਸ਼ਾਗਿਰਦਾਂ ਨਾਲੋਂ 10 ਰੁਪਏ ਵੱਧ ਦੇਸਾਂ ਉਹ ਤਾਂ ਛੱਡ ਮਾਰ ਗਏ ਨੇ ਮੈਂ ਤੈਨੂੰ 10-20 ਰੁਪਏ ਜ਼ਿਆਦਾ ਦੇਸਾਂ ਤੇਰਾ ਵੀ ਫਾਇਦਾ ਉਸ ਸੀ ਮੇਰਾ ਵੀ ਫਾਇਦਾ ਉਸ ਸੀ ਤੂੰ ਬਸ ਸਾਮੀ ਗੇਰ ਕੇ ਲਿਆਉਣੀ ਹੈ ਠੀਕ ਹੋ ਗਿਆ ਜੀ ਜਨਾਬੇ ਯਾਰੀ ਠੀਕ ਹੋ ਗਏ ਹੁਣ ਕੋਈ ਸਾਮੀ ਗੇਰ ਲਿਆ ਅੱਛਾ ਯਾਰ ਰੁਪਈਆ ਮੇਰੇ ਕੋਲ ਇਸ ਤਰ੍ਹਾਂ ਆਇਆ ਸੌ ਜੇ ਕੋਈ ਮੈਨੂੰ ਲੱਭ ਜਾਂਦਾ ਨਾ ਕੋਈ ਪੀਰ ਮੇਰੀ ਲਾਟਰੀ ਲੱਗ ਜਾਵੇ ਜੀ ਅਤੇ ਕੋਈ ਵਾਹਵਾ ਕੋਈ ਕਾਰੋਬਾਰ ਬਣ ਜਾਂਦਾ ਰੁਪਈਆ ਕੋਈ ਦੋ ਤਰ੍ਹਾਂ ਲੱਗਦਾ ਚਲੋ ਹੁਣ ਪੀਰ ਨੂੰ ਮਿਲਣਾ ਕੀ ਜਾਂਦਾ ਪੀਰ ਕੋਲ ਜਾਂਦੇ ਹਾਂ ਪੈਸੇ ਗਿੰਦਾ ਹੁੰਦਾ ਇਹਨੂੰ ਨਾ ਠੱਗੀਏ ਚਲੋ ਵੇਖਦੇ ਸੁਤਰਾ ਪੈਸੇ ਗਿੰਨਿਆਂ ਦਾ ਕੀ ਰੋਲ ਹੈ ਦੂਰ ਬੰਦਾ ਤਾਂ 300 ਰੁਪਈਆ ਅਤੇ ਮੈਂ ਕਿਹਾ ਚਲੋ ਕਿਤੇ ਪੀਰ ਕੋਲ ਜਾਂਦਾ ਸ਼ਾਇਦ ਕੋਈ ਲਾਟਰੀ ਲੱਗ ਜਾਵੇ ਅਤੇ ਕੋਈ ਲਾਟਰੀ ਲੱਗ ਗਈ ਆਪਦਾ ਕੋਈ ਕਾਰੋਬਾਰ ਕਰ ਲਈ ਸਾਂ ਅਤੇ ਮਾੜਾ ਬੰਦਾ ਕੋਈ ਪਰੇਸ਼ਾਨੀ ਵਾਲੀ ਐਸੀ ਗੱਲ ਨਹੀਂ ਆ ਤੁਹਾਨੂੰ ਮੈਂ ਲੈ ਜਾਂਦਾ ਪੀਰ ਹਨੇਰੇ ਕੋਲ ਤੇ ਪਹੁੰਚੀ ਹੋਈ ਹਸਤੀ ਆ ਗਈ ਹੈ ਆ ਜਾਓ ਮੇਰੇ ਨਾਲ ਤੁਸੀਂ ਚੱਲੋ ਅੱਛਾ ਮੇਰਾ ਵਾਕਈ ਇਹ ਕੰਮ ਹੋ ਜਾ ਸੀ ਜੇ ਕੋਈ ਇਹਨਾਂ ਦਾ ਕੰਮ ਕਰ ਲੈਂਦਾ ਠੀਕ ਹੈ ਮੈਂ ਵਾਕਈ ਚੱਲਣਾ ਜੇ ਮੇਰਾ ਕੰਮ ਹੋ ਜਾ ਮੈਂ ਕਾਰੋਬਾਰ ਕਰ ਲਈ ਸਕਦਾ ਕੋਈ ਆ ਜਾਓ ਮੇਰੇ ਪਿੱਛੇ ਪਿੱਛੇ ਤੇ ਜ਼ਿਆਦਾ ਉੱਥੇ ਗੱਲਾਂ ਨਾ ਕਰਿਆ ਜੇ ਪੀਰ ਹਨੇਰੇ ਵਾਲੇ ਨੂੰ ਨਾ ਜ਼ਿਆਦਾ ਗੱਲਾਂ ਪਸੰਦ ਨਹੀਂ ਆਇਆ ਜੋ ਚਲੋ ਠੀਕ ਹੈ ਜੀ ਮੈਂ ਤੁਹਾਡੇ ਮਗਰ ਆਉਣਾ ਜੇ ਮੇਰਾ ਅੱਲਾ ਕਰੇ ਕੰਮ ਹੋ ਜਾਵੇ ਤੇ ਕੰਟਰੋਲ ਕਰੋ ਹਨੇਰੇ ਵਾਲਾ ਪੀਰਾ ਹਨੇਰੀਆਂ ਹੀ ਕਮਾਈ ਖਾਣਾ ਬੱਚਾ ਕੋਈ ਬੰਦਾ ਨਹੀਂ ਘੇਰ ਕੇ ਲੈ ਆ ਅੱਜ ਲੱਗਦਾ ਕੰਮ ਨਹੀਂ ਬਣਾ ਚੰਗਾ ਜੇ ਕੋਈ ਸਾਮੀ ਨਾ ਆਵੇ ਨਹੀਂ ਤਾਂ ਮੁੜ ਕੁੱਟ ਪਿਆ ਜਾ ਅਸੀਂ ਉੱਦਣ ਆਉਂ ਅਤੇ ਚਲੋ ਕੋਈ ਨਹੀਂ ਆ ਗਿਆ ਤਾਂ ਫਿਰ ਵੀ ਚੰਗਾ ਨਾ ਮੁੜ ਵੀ ਚੰਗਾ ਅੱਲਾ ਰੋਜ਼ੀ ਦੇਸੀ ਅਸੀਂ ਆਦੀ ਹੋ ਗਿਆ ਮਾਰ ਖਾਵਣ ਦੇ ਚਲੋ ਕੋਈ ਨਹੀਂ ਮਾਰਾਂ ਵੀ ਬੰਦਿਆਂ ਨੂੰ ਪੈਂਦੀਆਂ ਨੇ ਅੱਲਾ ਖੈਰ ਡੇਰੇ ਵਾਲੀ ਸਰਕਾਰ ਕੋ ਆ ਜਾ ਬਹਿ ਜਾਂਦੇ ਹੈ ਤੇ ਚੁੱਪ ਕਰਕੇ ਬਵੀ ਅਸੀਂ ਬੋਲੀ ਬੋਲੀ ਨਾ ਆ ਜਾ ਬੁਰਾ ਠੀਕ ਹੈ ਜੀ ਚਲੋ ਜੀ ਸਲਾਮ ਅਲੈਕਮ ਵਾਲੇਕੁਮ ਸਲਾਮ ਡੇਰੇ ਵਾਲੀ ਸਰਕਾਰ ਆ ਬੰਦਾ ਬੜਾ ਮਜਬੂਰ ਹੈ ਤੇ ਖੁਦਕੁਸ਼ੀ ਕਰਦਾ ਪਿਆ ਆ ਤੇ ਇਹਨੂੰ ਮੈਂ ਘੇਰ ਕੇ ਲਿਆਂਦਾ ਤੇ ਇਹਦਾ ਕੋਈ ਦਮ ਦੁਮ ਕਰੋ ਠੀਕ ਹੈ ਬੱਚਾ ਇਹਦਾ ਅਗਾਂ ਜਾ ਡਰਦਾ ਕਿਉਂ ਪਿਆ ਹੈ ਇੱਥੇ ਆ ਮੇਰੇ ਕੋਲ ਬਹਿ ਜਾ ਬੱਚਾ ਆਣ ਕੇ ਕੋਈ ਦੇ ਬਹਿ ਜਾ ਬੱਚਾ ਇਹਦੀ ਕੀ ਪ੍ਰੋਬਲਮ ਕੀ ਮਸਲਾ ਹੈ ਸਰਕਾਰ ਇਹਦੀ ਲਾਟਰੀ ਦਾ ਮਸਲਾ ਹੈ ਅਤੇ ਇਹਦੇ ਕੋਲ 300 ਰੁਪਈਆ ਹੈ ਉਹ ਆਪਾਂ ਫੜ ਲਾਂਗੇ ਛੇਕ ਲਾਂਗੇ ਬੱਚਾ ਕੋਈ ਟੈਨਸ਼ਨ ਨਹੀਂ 300 ਬੜੇ ਚਿਕਸਾ ਠੀਕ ਚੰਗਾ ਹੋਇਆ ਬੱਚਾ ਤੂੰ ਇਹਦੇ ਆ ਗਿਆ ਅਸੀਂ ਬੜੀ ਪਹੁੰਚੇ ਹਸਤੀਆਂ ਅਤੇ ਤੇਰੀ ਲਾਟਰੀ ਨਹੀਂ ਤੇਰੀਆਂ ਲਾਟਰੀਆਂ ਲਵੋਸਾਂ ਇਨਸ਼ਾਅੱਲਾ ਤੇਰਾ ਸਾਰਾ ਕੰਮ ਕਰਸਾਂ ਮੈਂ ਉਹ ਕਿਵੇਂ ਬਾਬਾ ਜੀ ਬੱਚਾ ਜਿਹੜਾ ਤੇਰੇ ਕੋਲ 300 ਰੁਪਈਆ ਹੈ ਨਾ ਉਹ ਮੇਰੀ ਜੇਬ ਵਿੱਚ ਗੱਤ ਚਾ ਇਹ ਬਾਬੇ ਨੂੰ ਕਿਵੇਂ ਪਤਾ ਲੱਗ ਗਿਆ ਕਿ 300 ਰੁਪਈਆ ਚਲੋ ਪੁੱਛ ਲੈਂਦੇ ਭਾਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ 300 ਰੁਪਈਆ ਨੇਰੇ ਵਾਲੀ ਸਰਕਾਰ ਬੜੀ ਪਹੁੰਚੀ ਹਸਤੀ ਹੈ ਅਤੇ ਇਹ 300 ਰੁਪਈਆ ਮੇਰੀ ਜੇਬ 'ਚ ਪਾ ਤਾ ਬੱਚਾ ਬੱਚਾ ਤੂੰ ਇੱਕ ਵਾਰੀ 300 ਰੁਪਈਆ ਜੇਬ 'ਚ ਪਾ ਤੂੰ ਵੇਖੀ ਲੱਖ ਤੋਂ ਕੱਖ ਕਿਵੇਂ ਹੁੰਦਾ ਤੇਰਾ ਮੈਂ ਕਰ ਦੇਣਾ ਰਾਹ ਆਹ ਲਾਟਰੀ ਤਾਂ ਮੈਂ ਟਿਕਟ ਖਰੀਦਣੀ ਹੈ ਆਹ ਬਾਬਾ ਮੇਰੇ ਕੋਲ ਪੈਸਾ ਲੈਂਦਾ ਪਿਆ ਤਾਂ ਕੋਈ ਰੌਲਾ ਹੈ ਬੱਚਾ ਦੇਰ ਨਾ ਕਰ ਮੈਂ ਤੈਨੂੰ ਸੋਵਾਂ ਤੂੰ ਲੱਖਾਂ ਕਰਨਾ ਅਤੇ 300 ਰੁਪਈਆ ਮੇਰੀ ਜੇਬ 'ਚ ਪਾ ਚਾ ਠੀਕ ਹੈ ਬਾਬਾ ਜੀ ਮੈਂ ਤੁਹਾਡੀ ਜੇਬ 'ਚ ਪੈਸੇ ਪਾ ਦਿੱਤੇ ਨੇ ਅਤੇ ਹੁਣ ਮੇਰਾ ਕਦੋਂ ਕੰਮ ਉੱਥੇ ਪੈਸੇ ਮੇਰੀ ਜੇਬ 'ਚ ਪਾਏ ਕਿ ਨਹੀਂ ਪਾ ਦਿੱਤੇ ਬਾਬਾ ਜੀ ਇਹ ਤਾਂ ਬਾਬਾ ਵਾਕਈ 2 ਨੰਬਰ ਮੈਂ 300 ਰੁਪਈਆ ਦੀ ਜੇਬ 'ਚ ਪਾਏ ਕੋਈ ਨਹੀਂ ਆਉਂਦਾ ਠੀਕ ਹੈ ਜੀ ਤੁਸੀਂ ਬਾਬਾ ਜੀ ਮੈਨੂੰ ਗੁੰਡ ਵਿਖਾਓ ਨਾ ਮੈਨੂੰ ਤੁਹਾਡੇ ਗੁੰਡ 'ਤੇ ਛੱਕ ਕੇ ਮੇਰੇ ਤੁਸੀਂ ਦਾਗ ਲਾਉਂਦੇ ਪਏ ਜੀ ਮੇਰੇ ਗੁੰਡ ਨੂੰ ਹੱਥ ਨਹੀਂ ਲਾਉਣਾ ਨਹੀਂ ਤਾਂ ਸੜ ਕੇ ਰਾਗ ਹੋ ਜਾ ਸੀ ਬਾਬਾ ਜੋੜ ਦੇ ਤੂੰ ਆ ਸਾਈ ਤਾਂ ਖੜ ਬਿਜੂ ਕੀ ਬਣਿਆ ਖਾਸ ਇਹਨੇ ਨਕਲੀ